अस्सलाम वालेकुम, की हाल चाल सारे भैन भरावां दे, साडे चढ़दे पंजाब वालियां दे। बड़े भरावां ने कमेंट कीते सी कि भाई अंजम सरोए नूं मिलो, भाई अंजम सरोए नूं मिलो। आ खड़ा जी अपना भाई अंजम सरोया, एक तां असीं इहनां नूं देखण आए आ ते दूजा असीं भाई अंजम सरोए दी 16 दरी देखण आए जी। आ दिखाओ जरा, ਇਹ ਉਹ 16 ਦਰੀ ਆ ਜਿਹਦੇ ਪਿੱਛੇ ਲੰਮਾ ਮਿਸਤਰੀ ਘੁੱਟ ਕੇ ਭਜਾਇਆ ਭਾਈ ਅੰਜਮ ਸਰੋਏ। ਝੂਰਾ ਮਿਸਤਰੀ ਝੂਰੇ ਨੂੰ ਇੱਟ ਮਾਰੀ ਨੀ ਬਣਾਉਣੀ, ਉਹਨਾਂ ਨੇ 12 ਦਰੀ ਸੀ ਬਣ, ਉਹਨਾਂ ਕੋਲੋਂ ਕੋਈ 16 ਦਰੀ ਗਈ ਆ। ਜੇ ਵਕਤੀ ਤੌਰ ਤੇ ਨਾ ਪਹੁੰਚਦੇ ਹੋ ਸਕਦਾ 20 ਦਰੀ ਕਰ ਦਿੰਦੇ ਉਹ। ਤੇ ਭਾਈ ਅੰਜਮ ਸਰੋਏ ਉਹਨੇ ਬਹੁਤ ਵਧੀਆ ਕੰਮ ਕਰਦੇ ਨੇ ਆਪਣੀ ਭਾਈ ਝੂਰੇ ਵਾਲੀ। ਹਾਂ ਪੂਰੀ ਦੇਖੀ ਆ ਜੇ ਭਾਈ ਝੂਰੇ ਵਾਲੀ ਪੂਰੀ ਵੀਡੀਓ ਦੇਖੀ ਆ। ਲੰਮਾ ਮਿਸਤਰੀ ਤੇ ਦੁਬਾਰਾ ਨਹੀਂ ਉਡੀਕੀ ਚੜਿਆ? ਨਹੀਂ, ਝੂਰਾ ਦੁਬਈ ਚਲਾ ਗਿਆ। ਝੂਰਾ ਦੁਬਈ ਇਸ ਟਾਈਮ, ਝੂਰਾ ਇਸ ਟਾਈਮ ਜੀ ਦੁਬਈ ਪਹੁੰਚ ਚੁੱਕਿਆ। ਝੂਰਾ ਮਿਸਤਰੀ ਮਜ਼ਦੂਰੀ ਮੇਰੇ ਕੋਲ ਇੰਨੀ ਲੈ ਗਿਆ ਵੀ ਉਹਨੇ ਵੀਜ਼ਾ ਲਵਾ ਲਿਆ ਤੇ ਦੇਖ ਲਓ ਜੀ ਭਾਈ ਅੰਜਮ ਸਰੋਏ ਦੇ ਪੈਸੇ ਖਾ ਗਏ ਤੇ ਵੀਜ਼ਾ ਲਵਾ ਗਏ, ਅੱਜ ਦੁਬਈ ਬੈਠੇ ਨੇ। ਤੇ ਸ਼ੇਖਾਂ ਨੂੰ ਅੱਜ ਕੱਲ ਬਣਾ ਕੇ ਦੇ ਰਹੇ ਹੋ, ਸ਼ੇਖਾਂ ਦੇ ਮਕਾਨ ਵੀ ਉੱਚੇ ਬਣਦੇ ਉੱਥੇ ਬਣਾ ਰਹੇ। ਤੇ ਭਾਈ ਅੰਜਮ ਸਰੋਏ ਹੁਣੇ ਸਾਨੂੰ ਦੁਕਾਨ ਜਾ ਰਹੇ ਨੇ ਜੀ, ਆਪਣਾ ਫਾਰਮ ਹਾਊਸ ਨਹੀਂ ਮਤਲਬ ਜਿਹੜੀ ਇਹਨਾਂ ਨੇ ਸਬਜ਼ੀ ਦਿਖਾਈ, ਜਿਹਦਾ ਤੁਸੀਂ ਦੇਖਿਆ ਹੋਣਾ ਕਿ ਵੀਡੀਓ ਦੇ ਵਿੱਚ ਬਹੁਤ ਵਾਰੀ ਜ਼ਿਕਰ ਵੀ ਕਰਦੇ ਨੇ। ਆਜੋ ਅਸੀਂ ਵੀ ਅੱਜ ਦੇਖਦੇ ਹਾਂ ਇਹਨਾਂ ਦੇ ਨਾਲ ਮਿਲ ਕੇ। ਤੇ ਬਾਕੀ ਅਸੀਂ ਭਾਈ ਅੰਜਮ ਉਹਨਾਂ ਨੂੰ ਮਿਲਣ ਆਏ ਹਾਂ। ਜਿਹੜੀ ਪਹਿਲੀ ਗੱਲ ਆ ਸਾਫ਼ ਅਤੇ ਸੱਚੀ ਅਤੇ ਖਰੀ ਕਿ ਬਹੁਤ ਹੀ ਸਾਦਾ ਤਬੀਅਤ ਦੇ ਬੰਦੇ ਨੇ, ਯਕੀਨ ਕਰੋ ਪੰਜਾਬੀ ਉਹ। ਮੈਂ ਕਹਿੰਦਾ ਪਹਿਲਾਂ ਅਸੀਂ ਡਰਦੇ ਰਹੇ ਵੀ ਯਾਰ ਪਤਾ ਨਹੀਂ ਲਾਈਨ 'ਚ ਲੱਗਣਾ ਪਊਗਾ ਸਾਨੂੰ, ਫਿਰ ਸਾਡੀ ਵਾਰੀ ਆਉਣੀ ਮਿਲਣ ਲਈ, ਹੈ ਨਾ। ਲੋਕਾਂ ਦੇ ਕੋਈ 2-4 ਸਬਸਕ੍ਰਾਈਬਰ ਵੱਧ ਹੋ ਜਾਣ ਤਾਂ ਉਹਨਾਂ 'ਚ ਗਰੂਰ ਆ ਜਾਂਦਾ, ਪਰ ਯਕੀਨ ਕਰੋ ਅਸੀਂ ਆਏ ਹਾਂ ਭਾਈ ਅੰਜਮ ਸਰੋਏ ਹੋਣਾਂ ਕੋਲ। ਭੋਰਾ ਉਹ ਨਹੀਂ ਹੈਗਾ ਗਰੂਰ, ਭੋਰਾ ਇਹਨਾਂ 'ਚ ਤਕੱਬਰ ਨਹੀਂ ਹੈਗਾ। ਇਹ ਤਾਂ ਤੇਰੀ ਮਿਹਰਬਾਨੀ ਹੈ, ਤੂੰ ਤਾਰੀਫ ਕਰ ਰਿਹਾ। ਅਗਲੇ ਦਿਨ ਬੰਦਾ ਆ ਕਹਿੰਦਾ ਜੀ ਇੰਨਾ ਸਾਦਾ ਵੀ ਮਹੀਨਾ ਨਹਾਉਂਦਾ ਹੀ ਨਹੀਂ ਕਹਿੰਦਾ, ਮੈਂ ਕਿਹਾ ਤਾਰੀਫ ਕਰ ਰਿਹਾ। ਹਾਂ ਭਾਈ ਅੰਜਮ ਸਰੋਏ ਉਹਨਾਂ ਦੀ ਲੱਗੀ ਹੋਈ ਸਬਜ਼ੀ ਆ ਜੀ, ਜਿਹੜੀ ਅਕਸਰ ਤੁਸੀਂ ਵੀਡੀਓ ਵੀ ਦੇਖਦੇ ਹੁੰਦੇ ਆ ਕਿਹਦੇ ਲਾਏ ਹੋਏ ਆ। ਤੇ ਇਹਨਾਂ ਦੀ ਕੀ ਪੋਜੀਸ਼ਨ ਆ ਭਾਈ ਅੰਜਮ? ਉਹ ਜਦੋਂ ਪਈ ਨਾ ਠੰਡ ਬਹੁਤ ਹੀ, ਧੁੱਪ ਨਿਕਲੀ ਨਹੀਂ ਮਹੀਨਾ ਪੂਰਾ ਹੀ, ਹਾਂਜੀ, ਤੇ ਬਾ ਉਦੋਂ ਰੁਕ ਗਿਆ ਸੀ ਕੰਮ, ਵੱਲਾ ਰੁਕ ਗਿਆ ਸੀ। ਹੁਣ ਅੱਲਾ ਕਰੇ ਧੁੱਪ ਨਿਕਲੀ ਆ ਤੇ ਹੁਣ ਤੁਰ ਪਈਆਂ। ਸਹੀ ਸਹੀ, ਓਦਾਂ ਆਪਦੀ 16 ਦਰੀ 'ਚ ਉੱਠਦੇ ਨੀਗੇ ਭਾਈ ਅੰਜਮ ਹੁਣੇ, ਤੇ ਅਸੀਂ ਉਠਾ ਕੇ ਲੈ ਆਏ ਇਹਨਾਂ ਨੂੰ। ਨਹੀਂ ਮੈਂ ਇਹਨਾਂ ਨੇ ਉੱਠਦਾ ਬਸ, ਹੁਣ ਪ੍ਰਾਹੁਣੇ ਨਹੀਂ ਉੱਠਣ ਦਿੰਦੇ, ਨਹੀਂ ਤੇ ਮੈਂ ਕੰਮ ਸਾਰਾ ਆਪ ਹੀ ਕਰਦਾ ਜੀ। ਚਲੋ ਜੀ, ਮਾਸ਼ਾਅੱਲਾ, ਬਹੁਤ ਵਧੀਆ ਗੱਲ ਆ। ਤੇ ਸਪੈਸ਼ਲੀ ਸਾਨੂੰ ਸਾਡੇ ਦੇਖਣ ਵਾਲਿਆਂ ਨੂੰ ਭਾਈ ਅੰਜਮ ਸਰੋਇਆ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਵਿਚਾਰਿਆਂ ਨੂੰ? ਮੈਂ ਕੀ ਕਹਾਂ, ਕੋਈ ਮੈਸੇਜ ਕੋਈ ਗੱਲਬਾਤ ਉਹਨਾਂ ਦੱਸਣੀ ਹੋਵੇ? ਮੈਸੇਜ ਇਹੀ ਆ ਵੀ ਤੁਸੀਂ, ਤੁਹਾਡੇ ਜਿਹੜੇ ਚਾਹਣ ਵਾਲੇ ਆ, ਅਸੀਂ ਦੇਖੀਦਾ ਤੁਹਾਡਾ ਚੈਨਲ, ਮਾਸ਼ਾਅੱਲਾ ਬਹੁਤ ਸੋਹਣਾ ਜਾ ਰਿਹਾ। 47 ਵਾਲਾ ਮੁੰਡਾ ਵੀ ਉਹ ਪਿਛੋਕੜ ਦੀਆਂ ਕੋਈ ਯਾਦਾਂ, ਕੋਈ ਪਿਛੋਕੜ ਦੀਆਂ ਗੱਲਾਂ ਆਪਣੀ ਮਾਂ ਬੋਲੀ 'ਚ ਤੂੰ ਕਰਦਾ, ਤੇ ਉਹ ਉਂਝ ਸੁਣ ਕੇ ਸਵਾਦ ਆ ਜਾਂਦਾ। ਬੜੀ ਖੁਸ਼ੀ ਦੀ ਗੱਲ, ਜਿਉਂਦੇ ਵਸਦੇ ਰਹੋ, ਬੜਾ ਸੋਹਣਾ ਕੰਮ ਕਰ ਰਹੇ ਭਾਈ ਅੰਜਮ ਸਰੋਏ। ਉਹਨਾਂ ਦਾ ਚੈਨਲ ਆ, ਜਿਨ੍ਹਾਂ ਨੇ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ, ਬਹੁਤ ਵਧੀਆ ਗੱਲ ਕਰਦੇ ਆ। ਮੈਂ ਕਹਿੰਦਾ ਲੋਕ ਵਿਰਸੇ ਦੀਆਂ ਪੰਜਾਬੀ ਮਾਂ ਬੋਲੀ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਨੇ, ਤੇ ਜਾ ਕੇ ਸਪੈਸ਼ਲੀ ਇੱਕ ਵਾਰੀ ਵਿਜ਼ਿਟ ਕਰੋ। ਮੈਂ ਕਹਿੰਦਾ ਤੁਸੀਂ ਮਜਬੂਰ ਹੋ ਜਾਓਗੇ ਭਾਈ ਅੰਜਮ ਉਹਨਾਂ ਦਾ ਚੈਨਲ ਸਬਸਕ੍ਰਾਈਬ ਕਰਨ ਤੇ। ਭਾਈ ਅੰਜਮ ਉਹਨਾਂ ਦਾ ਚੈਨਲ ਤੇ ਜਾ ਕੇ ਕਮੈਂਟ ਵੀ ਕਰਿਓ ਤੇ ਸਬਸਕ੍ਰਾਈਬ ਕਰਕੇ ਨਾਲ ਲੱਗੀ ਹੋਈ ਘੰਟੀ ਦੱਬ ਦਿਓ, ਤਾਂ ਕਿ ਜਿਹੜੀਆਂ ਵੀ ਵੀਡੀਓ ਅਪਲੋਡ ਕਰਨ ਉਹ ਆਪਣੇ ਪੰਜਾਬੀਆਂ ਤੱਕ ਪਹੁੰਚਦੇ ਰਹਿਣ। ਦੇਖੋ ਜੀ, ਸਾਨੂੰ ਉਰਦੂ ਬੋਲਣ ਦੀ ਲੋੜ ਨਹੀਂ, ਫਿਰ ਮੈਂ ਜ਼ਿਆਦਾ ਬੋਲ ਕੇ ਤੁਸੀਂ ਕਹਿਣਾ ਵੀ ਨਹੀਂ, ਇੰਟਰਵਿਊ ਮੇਰਾ ਲੈਣ ਆਇਆ ਸੀ। ਗੱਲ ਸੋਹਣੀ ਕਰ ਰਹੇ, ਤੇ ਜੇ ਅਸੀਂ ਮਿਕਸ ਕਰੀਏ ਵਿੱਚ ਹੀ ਅੰਗਰੇਜ਼ੀ ਦੱਬੀ ਪਈ, ਅਸੀਂ ਵਿੱਚ ਹੀ ਉਰਦੂ ਬੋਲੀ, ਠੀਕ ਆ, ਉਰਦੂ ਸਾਡੀ ਕੌਮੀ ਜ਼ਬਾਨ ਆ, ਪਰ ਮਾਂ ਨਾਲ ਮਾਸੀ ਅੱਗੇ ਨਹੀਂ ਹੁੰਦੀ ਜਿੱਦਾਂ ਕਹਿੰਦੇ ਆ, ਤੇ ਹਰ ਬੋਲੀ ਸਿੱਖਣੀ ਚਾਹੀਦੀ, ਹਰ ਪਾਣਾ ਵੀ ਪਾਉਣਾ ਚਾਹੀਦਾ, ਪਰ ਆਪਣੇ ਮਾਹੌਲ ਦੇ ਵਿੱਚ, ਆਪਣੇ ਏਰੀਏ ਦੇ ਵਿੱਚ, ਆਪਣੀ ਮਾਂ ਧਰਤੀ 'ਤੇ ਰਹਿ ਕੇ ਆਪਣੀ ਬੋਲੀ ਅਤੇ ਆਪਣਾ ਬਾਣਾ ਹੀ ਬੰਦੇ ਨੂੰ ਚੰਗਾ ਲੱਗਦਾ ਜੀ। ਇੱਧਰ ਨੂੰ ਚੱਲਦੇ ਆ ਜਾਓ ਜੀ, ਤੂੰ ਗਾਹਾਂ ਆ ਜਾ। ਇਹ ਭਾਈ ਅੰਜਮ ਉਹਨਾਂ ਦੇ ਸੰਦ ਨੇ ਆਪਣੇ ਜਿੰਨੇ ਵੀ ਨੇ, ਉਹ ਟਰੈਕਟਰ ਖੜ੍ਹਾ ਹੋਇਆ, ਅਤੇ ਮੁਲਾਕਾਤ ਹੋਊਗੀ ਵੀ ਜਦੋਂ ਆਉਂਦੇ ਆ ਫਰਵਰੀ 'ਚ ਆਣਾ, ਫਰਵਰੀ ਤਾਂ ਚੱਲਦਾ ਪਿਆ। ਲਓ ਵੀ ਪੰਜਾਬੀਓ, ਅੱਜ ਤੁਹਾਡੀ ਉਹ ਗੱਲ ਵੀ ਤੁਹਾਡੇ ਭਰਾ ਨੇ ਪੂਰੀ ਕਰਤੀ ਜਿਹੜੇ ਤੁਸੀਂ ਕਮੈਂਟਾਂ 'ਚ ਕਹਿੰਦੇ ਸੀ ਕਿ ਬਾਈ ਅੰਜਮ ਸਰੋਏ ਨੂੰ ਮਿਲੋ, ਜਾ ਕੇ ਅੱਗੇ ਕਰੀਆ ਤੂੰ ਗੱਲ ਕਰੀ ਆ, ਤੁਸੀਂ ਜਿਹੜੇ ਕਹਿੰਦੇ ਸੀ ਵੀ ਕਮੈਂਟਾਂ ਦੇ ਵਿੱਚ ਬਾਈ ਅੰਜਮ ਸਰੋਏ ਨੂੰ ਮਿਲੋ ਜਾ ਕੇ, ਅੱਜ ਮਿਲ ਲਿਆ। ਅਤੇ ਮੈਂ ਪਰਸਨਲੀ ਤੌਰ 'ਤੇ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ, ਹੁਣ ਵੀ ਕਰਦਾ ਕਿ ਬਹੁਤ ਸਾਦੀ ਤਬੀਅਤ ਦਾ ਬੰਦਾ, ਉਹ ਨਹਾਉਣ ਵਾਲੀ ਗੱਲ ਕੱਢ ਕੇ, ਹਾਂ, ਅਤੇ ਉੱਦਾਂ ਗੱਲਾਂ ਵੀ ਬਹੁਤ ਵਧੀਆ ਕਰਦੇ ਨੇ। ਆਉਣ ਵਾਲੇ ਬੰਦਿਆਂ ਨੂੰ ਜਿਹੜਾ ਟਾਈਮ ਦਿੰਦੇ ਨਾ, ਇਹ ਗੋਭੀ ਹੈ ਨਾ, ਗੋਭੀ ਨਹੀਂ ਹੈ,
वजन घटाना हुंदा ना ओह ब्रोकली दा इस्तेमाल बहुत ज्यादा करदे आ जिद्दां अपने हसन भाई दा ढिड निकलिया होया ब्रोकली बेचारी की कर लूगी जदों खा के तू बैठा रहना ब्रोकली की कर लू नहीं मतलब काम दा तो मैं बाद च जिक्र करना सी ना गल पूरी नहीं होण दित्ती तुसी अच्छा गल ए आ भी काम तां लाजमी करना चाहीदा देखो खेती बाड़ी ए भी साडे पंजाब दा इक ओह विरसा जिहदे नाल जुड़न नाल साडा पंजाब भी खुशहाल हो सकदा हुंदा रिहा वा पहलां भी तुसी तारीख पुट के देख लो तारीख इस गल दी गवाह वा कि जिन्हां ने खेतियां कीतियां जिन्हां ने फसल नूं अपना बच्चिआं तरह पालिआ ओह लोक कामयाब आ हुण आ गए असीं आलसी हो गए आ जी हुण आ गए असीं लोक खा लिआ पी लिआ आराम परस्त हो गए आ साडे च ओह गल नहीं रहि गई फास्ट फूड खाने लग गए असी रोटी छाड़ती आ अजकल दी एक होर बड़ा मसला पाई जांदा मैं जिहड़ी अजकल दी जनरेशन आ ना ओह देसी घिओ तो बड़ा चालू आ दुध तो बड़ा चालू आ मक्खण तो बड़ा चालू आ उन्हां नूं देसी घिओ दीआं रोटियां बना दो ते ओह कहणगे वी सानूं इहदे च स्मैल आउंदी आ उन्हां नूं मक्खण दे दिओ ते ओह कहणगे वी साडे कोल हजम नहीं होंदा पहलां इह हुंदा हुंदा सी वी जिहड़ा बजुर्ग रोटी खाणे जां असी खांदे सी वी ओह हत्थां ते मल लैणा ते मूंह ते ला लैणा इस तरह थिंदा हुंदा सी खराब भी नहीं सपैरी डेट ही है नहीं काम बहुत चकता असि भाई जी तुहाडे धी पुत्तर भैन भरा जिदा हुंदे आ स्टार सटूर तां कोई नहीं इह अल्लाह दी जात आ बंदिआं दे दिल च प्यार रख देवे ते ओही आ बंदे दे दिल फेर देवे तां बंदा जीरो हो जांदा।